ਬੀਤੇ ਦਿਨ ਲੁਧਿਆਣਾ ਜੇਲ੍ਹ 'ਚ ਹੋਈ ਕੈਦੀਆਂ ਅਤੇ ਪੁਲਿਸ ਵਿਚਾਲੇ ਲੜਾਈ, ਜਿੱਥੇ ਜੇਲ੍ਹ ਦੇ ਸੈਂਕੜੇ ਕੈਦੀ ਬਾਗੀ ਹੋ ਗਏ। ਪੁਲਿਸ ਨੂੰ ਵੀ ਭੱਜ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਜੇਲ੍ਹ 'ਚ ਗੋਲੀਆਂ ਵੀ ਚੱਲੀਆਂ ਅਤੇ ਵਿਵਾਦ ਅਸੀਂ ਜਿਵੇਂ ਜਾਣਦੇ ਹਾਂ ਸ਼ੁਰੂ ਹੋਇਆ ਸਨੀ ਸੂਦ ਨਾਂ ਦੇ ਕੈਦੀ ਦੀ ਮੌਤ ਦੇ ਮਗਰੋਂ। ਇਸ ਮਾਮਲੇ ਨੂੰ ਲੈ ਕੇ ਜਨਾਬ ਹੁਣ ਜੇਲ੍ਹ ਸੁਪਰੀਡੈਂਟ ਸ਼ਮਸ਼ੇਰ ਸਿੰਘ ਨੇ ਮੀਡੀਆ ਨੂੰ ਦਿੱਤੇ ਬਿਆਨ ਅਤੇ ਐੱਫ ਆਈ ਆਰ 'ਚ ਦਰਜ ਬਿਆਨ ਆਪਸ 'ਚ ਹੀ ਨਹੀਂ ਮਿਲਦੇ, ਜਿੱਥੇ ਉਹਨੇ ਐੱਫ ਆਈ ਆਰ ਦੀ ਕਾਪੀ, ਜਿਸ 'ਚ ਸ਼ਮਸ਼ੇਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ 27 ਜੂਨ ਨੂੰ ਜੇਲ੍ਹ 'ਚ ਬੰਦ ਗੈਂਗਸਟਰਾਂ ਦੀਆਂ ਦੋ ਪਾਰਟੀਆਂ ਦਾ ਆਪਸ 'ਚ ਝਗੜਾ ਹੋ ਗਿਆ। ਜੇਲ੍ਹ 'ਚ ਮੁਲਾਜ਼ਮਾਂ ਨੇ ਕਾਬੂ ਪਾਉਣ ਦਾ ਲੱਖ ਯਤਨ ਕੀਤਾ, ਪਰ ਕੈਦੀ ਪੁਲਿਸ 'ਤੇ ਹੀ ਪੱਥਰਬਾਜ਼ੀ ਕਰਨ ਲੱਗੇ। ਜੇਲ੍ਹ 'ਚ ਗੈਸ ਸਿਲੰਡਰਾਂ, ਟਰੈਕਟਰਾਂ, ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭੜਕੇ ਗੈਂਗਸਟਰਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਨੂੰ ਗੋਲੀਆਂ ਵੀ ਚਲਾਉਣੀਆਂ ਪਈਆਂ ਅਤੇ ਇਸ 'ਚ ਇੱਕ ਕੈਦੀ ਅਜੀਤ ਸਿੰਘ ਦੀ ਮੌਤ ਹੋ ਗਈ। ਅਤੇ ਇੱਥੇ ਪਹਿਲੀ ਗੱਲ ਤਾਂ ਜ਼ਖਮੀ ਕੈਦੀਆਂ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ। ਅਤੇ ਹੁਣ ਇੱਥੇ ਤੁਸੀਂ ਦੇਖੋ ਕਿ ਐੱਫ ਆਈ ਆਰ 'ਚ ਸ਼ਮਸ਼ੇਰ ਸਿੰਘ ਦੇ ਬਿਆਨਾਂ 'ਚ ਕਿਤੇ ਵੀ ਸਨੀ ਸੂਦ ਦਾ ਜ਼ਿਕਰ ਨਹੀਂ ਹੋਇਆ, ਜਦਕਿ ਦੂਜੇ ਪਾਸੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ 'ਚ ਜੇਲ੍ਹ ਸੁਪਰੀਡੈਂਟ ਸ਼ਮਸ਼ੇਰ ਸਿੰਘ ਨੇ ਸਾਫ਼ ਸਾਫ਼ ਕਿਹਾ ਸੀ ਕਿ ਪੂਰੀ ਲੜਾਈ ਸਨੀ ਸੂਦ ਦੀ ਮੌਤ ਦੇ ਬਾਅਦ ਹੋਈ ਸੀ। ਇਹ ਵੀ ਕਿਹਾ ਸੀ ਕਿ ਕੈਦੀਆਂ ਨੇ ਉਸਦੀ ਮੌਤ ਦੇ ਪੁਲਿਸ 'ਤੇ ਝੂਠੇ ਇਲਜ਼ਾਮ ਲਗਾ ਕੇ ਜਾਣ ਬੁੱਝ ਕੇ ਇਹ ਝਗੜਾ ਕੀਤਾ। ਦੇਖੋ, ਜੇਲ੍ਹ ਦੇ ਵਿੱਚ ਇਹ ਪ੍ਰੋਬਲਮ ਥੋੜ੍ਹੀ ਜਿਹੀ ਆਈ ਸੀ ਕਿ ਕੱਲ੍ਹ ਇੱਕ ਬੰਦਾ ਸਨੀ ਸੂਦ, ਹਾਂਜੀ ਸਨੀ ਸੂਦ, ਸਨ ਆਫ ਮਨਮੋਹਨ ਸੂਦ, ਉਹ ਬੰਦਾ ਅੰਦਰ ਸੀਗਾ, ਇਨਮੇਟ ਸੀਗਾ, ਜਿਹਦੇ ਪਰ ਹੀਰੋਇਨ ਦਾ ਪਰਚਾ ਸੀਗਾ। ਉਹ ਰਾਤ ਨੂੰ ਕੁਛ ਢਿੱਲਾ ਹੋ ਗਿਆ ਸੀਗਾ। ਢਿੱਲਾ ਹੋਣ ਤੋਂ ਬਾਅਦ ਉਸ ਬੰਦੇ ਨੂੰ ਅਸੀਂ ਗਾਰਡ ਲਗਾ ਕੇ ਸਿਵਲ ਹੋਸਪਿਟਲ ਲੁਧਿਆਣੇ ਭੇਜ ਦਿੱਤਾ ਸੀਗਾ। ਸਿਵਲ ਹੋਸਪਿਟਲ ਨੇ ਉਸ ਬੰਦੇ ਨੂੰ ਪਟਿਆਲੇ ਭੇਜ ਦਿੱਤਾ ਸੀਗਾ ਅਤੇ ਪਟਿਆਲੇ ਜਾ ਕੇ ਉਹਦੀ ਰਜਿੰਦਰਾ ਹੋਸਪਿਟਲ ਦੇ ਵਿੱਚ ਡੈਥ ਹੋ ਗਈ। ਇਹ ਜਿਹੜੇ ਅੰਦਰ ਨੇ, ਇਹਨਾਂ ਨੇ ਕਿਹਾ ਕਿ ਸਾਡਾ ਭਰਾ ਮਾਰਤਾ ਜਿਹੜਾ ਹੈਗਾ। ਉਹ ਬੰਦੇ ਦੇ ਜਿਹੜਾ ਹੁਣ ਉੱਥੇ ਪੋਸਟਮਾਰਟਮ ਹੋ ਚੁੱਕਿਆ, ਪੋਸਟਮਾਰਟਮ ਦੇ ਵਿੱਚ ਬਾਹਰਲੀ ਇੰਜਰੀ ਉਹਦੇ ਕੋਈ ਨਹੀਂ ਆਈ। ਟੋਟਲ ਜਿਹੜਾ ਹੈ ਜੱਜ ਕੋਈ ਡਾਕ ਅਤੇ ਇੰਦਰਜੀਤ ਕੌਰ ਨੇ, ਉਹਨਾਂ ਨੇ ਉਹਦਾ ਪੋਸਟਮਾਰਟਮ ਬੋਰਡ ਦੇ ਰਾਹੀਂ ਸਿਵਲ ਹੋਸਪਿਟਲ ਪਟਿਆਲੇ ਹੋ ਚੁੱਕਾ। ਬਾਹਰਲੀ ਐਕਸਟਰਨਲ ਇੰਜਰੀ ਕੋਈ ਨਹੀਂ ਹੈਗੀ। ਉਸ ਤੋਂ ਬਾਅਦ ਕੀ ਸੀ, ਸਾਡੇ ਜਿਹੜੇ ਗੈਂਗਸਟਰ ਵਾਰਡ ਹੈ ਇਹਦੇ ਵਿੱਚ 17 ਬੰਦੇ ਅੰਦਰ ਬੰਦ ਸੀਗੇ। ਉਹ 17 ਬੰਦਿਆਂ ਨੇ ਜਦੋਂ ਇੱਕ ਬੰਦੇ ਦੀ ਵੀਡੀਓ ਕਾਨਫਰੰਸਿੰਗ ਦੇ ਉੱਤੇ ਜਿਹੜੀ ਹੈਗੀ ਸੀ, ਪੇਸ਼ੀ ਸੀ, ਅਸੀਂ ਵੀਡੀਓ ਕਾਨਫਰੰਸ ਕਰਨ ਉਪਰੰਤ ਜਿਹੜਾ ਹੈਗਾ ਉਹਨੂੰ ਲੈ ਕੇ ਆ ਰਹੇ ਸੀ ਅਤੇ ਗੈਂਗਸਟਰ ਨੇ ਸਾਨੂੰ ਥੋੜ੍ਹੀ ਪ੍ਰੋਬਲਮ ਕੀਤੀ ਅਤੇ ਸਾਡਾ ਭਰਾ ਮਾਰਤਾ। 600-700 ਬੰਦਾ ਇਕੱਠਾ ਹੋ ਗਿਆ ਸੀਗਾ। ਉਹਨਾਂ ਨੇ ਸਾਡੇ ਰੋੜੇ ਮਾਰਨੇ ਸ਼ੁਰੂ ਕਰਤੇ। ਪੁਲਿਸ ਦੇ ਵੀ 5-4 ਬੰਦਿਆਂ ਦੇ ਸੱਟਾਂ, ਜਿਵੇਂ ਡੀ ਐੱਸ ਪੀ ਰਜਿੰਦਰ ਹੈਗਾ, ਉਹਨਾਂ ਦੇ ਸੱਟਾਂ ਬਚੀਆਂ। ਉੱਥੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੇਲ੍ਹ 'ਚ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਕਿ ਉਹਨਾਂ ਨੇ ਸਭ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਡਿਪਟੀ ਕਮਿਸ਼ਨਰ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ, ਉਹਨਾਂ ਦੀ ਇਨਕੁਆਇਰੀ ਜਿਹੜੀ ਆ ਉਹਨਾਂ ਨੂੰ ਲਾ ਦਿੱਤੀ ਗਈ ਹੈ। ਉਹ ਆਪਣੀ ਇਨਕੁਆਇਰੀ ਸਾਨੂੰ ਬਹੁਤ ਜਲਦੀ ਰਿਪੋਰਟ ਦੇ ਦੇਣਗੇ। ਉਹਦੇ ਬਾਅਦ, ਕਿਉਂਕਿ ਹੁਣ ਮੈਂ ਕੁਝ ਗੱਲ ਕਰਾਂਗਾ, ਇਨਕੁਆਇਰੀ 'ਤੇ ਇਫੈਕਟ ਹੋਏਗਾ। ਉਹਨਾਂ ਨੇ ਇਨਕੁਆਇਰੀ ਲਾ ਦਿੱਤੀ ਗਈ ਹੈ ਔਰ ਜੋ ਜੇਲ੍ਹ 'ਚ ਇੰਸੀਡੈਂਟ ਹੋਇਆ ਅਤੇ ਜਿਸ ਤਰ੍ਹਾਂ ਜੇਲ੍ਹ ਡਿਪਾਰਟਮੈਂਟ ਨੇ ਉਹਨੂੰ ਕੰਟਰੋਲ ਕੀਤਾ, ਉਹ ਵੀ ਮੈਂ ਐਪਰੀਸ਼ੀਏਟ ਕਰਾਂਗਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਜਿਹੜੀ ਅੰਦਰ ਗੱਲ ਜਿਹੜੀ ਗੱਲ ਚੱਲੀ ਸੀ ਉਹਦੇ ਤੋਂ ਇਹ ਜ਼ਰੂਰ ਆਈ ਹੈ ਸਾਹਮਣੇ ਕਿ ਜਿਹੜਾ ਕੋਈ ਸੂਟ ਮੁੰਡਾ ਸੀ ਉਹਦੀ ਤੋਂ ਕੋਈ ਅਨਸਰਟਨ, ਉਹਨਾਂ ਨੂੰ ਕੋਈ ਪਤਾ ਲੱਗਾ। ਔਰ ਮੇਰਾ ਖਿਆਲ ਹੈ ਕਿ ਉਹ ਜਿਹਨਾਂ ਬੰਦੇ ਨੇ ਰੌਲੀ ਪਾਈ ਉਹਨਾਂ ਦਾ ਉਸ ਬੰਦੇ ਦੇ ਨਾਲ ਕੋਈ ਰੋਲ ਵੀ ਨਹੀਂ ਸੀ, ਬਿਨਾਂ ਮਤਲਬ ਤੋਂ ਪ੍ਰਵੋਕ ਹੋ ਗਏ। ਸੋ ਜਨਾਬ, ਹੁਣ ਜੇਲ੍ਹ ਸੁਪਰੀਡੈਂਟ ਨੇ ਤਾਂ ਜਾਣੇ ਕਿ ਉਹ ਐੱਫ ਆਈ ਆਰ 'ਚ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ, ਜਦਕਿ ਕੈਦੀਆਂ ਨੇ ਤਾਂ ਵਿਵਾਦ ਹੀ ਸਨੀ ਸੂਦ ਦੀ ਮੌਤ ਤੋਂ ਬਾਅਦ ਖੜਾ ਕੀਤਾ ਸੀ। ਇੱਥੇ ਸੁਪਰੀਡੈਂਟ ਸਾਹਿਬ ਇਸ ਗੱਲ ਨੂੰ ਗੋਲ ਮੋਲ ਕਰਦੇ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।